ਜਿਹੜਾ 2 ਰੁਪਈਏ ਰੇਟ ਅਸੀਂ ਇਨਕਰੀਜ਼ ਕਰ ਦਈਏ। ਪਹਿਲੇ ਸਾਡਾ 60 ਰੁਪਏ ਰੇਟ ਸੀਗਾ, ਹੁਣ ਅਸੀਂ 62 ਰੁਪਏ ਰੇਟ 1 ਜੁਲਾਈ ਤੋਂ ਕਰ ਰਹੇ ਹਾਂ। ਕਾਰਨ ਹੈ ਉਹਦਾ ਕਿ ਜਿੰਨੇ ਰਾਸ਼ਨ ਹੈ, ਖੱਲਾਂ, ਪੱਠੇ, ਛਿਲਕਾ, ਦਲੀਆ ਵਗੈਰਾ ਜੋ ਵੀ ਅਸੀਂ ਡੰਗਰਾਂ ਨੂੰ ਪਾਉਂਦੇ ਹਾਂ, ਤੂੜੀ ਵਗੈਰਾ, ਉਹਨਾਂ ਦੇ ਰੇਟ ਵੱਧ ਗਏ ਆ ਭਾਈ। ਦੁੱਧ ਦੇ ਰੇਟ ਵੱਧ ਗਏ, ਇਹਦੇ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਸਾਰਿਆਂ ਦੇ ਬਜਟ ਤੋਂ ਬਾਹਰ ਹੋ ਰਿਹਾ। ਦੁੱਧ ਦਾ ਰੇਟ ਅੱਗੇ 60 ਰੁਪਏ ਸੀ, ਹੁਣ 62 ਰੁਪਏ ਕਰ ਰਹੇ ਨੇ। ਪੈਟਰੋਲ ਡੀਜ਼ਲ ਦੇ ਦਾਮ ਇੰਨੇ ਵੱਧ ਚੁੱਕੇ ਨੇ ਕਿ ਹਰ ਆਮ ਬੰਦੇ ਤੋਂ ਬਾਹਰ ਹੋ ਰਿਹਾ ਸਾਰਾ ਕੰਮ। ਸਾਡੇ ਤਨਖਾਹਾਂ, ਲੇਬਰਾਂ, ਸਭ ਕੁਝ ਸਾਡਾ ਉੱਥੇ ਦਾ ਉੱਥੇ ਹੀ ਖੜਾ। ਦੇਸ਼ ਭਰ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਹਰ ਇੱਕ ਚੀਜ਼ ਦਾ ਮੁੱਲ ਆਸਮਾਨ ਨੂੰ ਛੂ ਰਿਹਾ ਹੈ। ਹਰ ਇੱਕ ਚੀਜ਼ 'ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ। ਉੱਥੇ ਹੀ ਲੁਧਿਆਣਾ ਦੇ ਤਾਜਪੁਰ ਰੋਡ ਡੈਰੀ ਐਸੋਸੀਏਸ਼ਨ ਵੱਲੋਂ ਵੀ 2 ਰੁਪਏ ਪ੍ਰਤੀ ਲੀਟਰ ਦੁੱਧ ਵਿੱਚ ਵਾਧਾ ਕੀਤਾ ਹੈ। ਜਾਣਕਾਰੀ ਦਿੰਦਿਆਂ ਡੈਰੀ ਐਸੋਸੀਏਸ਼ਨ ਦੇ ਪ੍ਰਧਾਨ DSO ਬਰਾਏ ਨੇ ਦੱਸਿਆ ਕਿ ਪੈਟਰੋਲ ਡੀਜ਼ਲ, ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵੱਧ ਜਾਣ ਕਾਰਨ ਤੂੜੀ, ਪੱਠੇ, ਖਲ ਉੱਤੇ ਮਹਿੰਗਾਈ ਦਾ ਅਸਰ ਪਿਆ ਹੈ, ਜਿਸ ਕਾਰਨ ਪਹਿਲਾਂ 60 ਰੁਪਏ ਦੇ ਹਿਸਾਬ ਨਾਲ ਦੁੱਧ ਦਿੱਤਾ ਜਾਂਦਾ ਸੀ, ਪਰ ਹੁਣ ਐਸੋਸੀਏਸ਼ਨ ਨੇ ਇੱਕ ਮੀਟਿੰਗ ਵਿੱਚ 1 ਜੁਲਾਈ ਤੋਂ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਦੇ ਹੋਏ 62 ਰੁਪਏ ਰੇਟ ਤੈਅ ਕਰ ਦਿੱਤਾ ਹੈ। ਓਬਰਾਏ ਨੇ ਇਹ ਵੀ ਦੱਸਿਆ ਕਿ ਕੁਝ ਡੈਰੀਆਂ ਵੱਲੋਂ ਦਿਨੋ ਦਿਨ ਵੱਧ ਰਹੀ ਮਹਿੰਗਾਈ ਕਰਕੇ ਡੈਰੀਆਂ ਬੰਦ ਹੋ ਚੁੱਕੀਆਂ ਹਨ ਅਤੇ ਕੁਝ ਡੈਰੀਆਂ ਬੰਦ ਹੋਣ ਦੀ ਕਗਾਰ 'ਤੇ ਖੜੀਆਂ ਹਨ। ਇਸ ਲਈ ਮਜਬੂਰੀ ਕਾਰਨ ਰੇਟ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਲਈ ਇਹ ਕਦਮ ਚੁੱਕਣਾ ਪੈ ਰਿਹਾ ਹੈ। ਉੱਥੇ ਹੀ ਆਮ ਲੋਕਾਂ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਦੇ ਫੈਸਲੇ ਤੋਂ ਨਾ ਖੁਸ਼ ਨਜ਼ਰ ਆ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਪੈਟਰੋਲ, ਡੀਜ਼ਲ, ਸਿਲੰਡਰ ਦੇ ਵਧੇ ਰੇਟਾਂ ਨੇ ਤੇ ਦੂਜੇ ਪਾਸੇ ਬੱਚਿਆਂ ਦੇ ਸਕੂਲ ਦੇ ਖਰਚੇ, ਇੱਥੇ ਤੱਕ ਰਾਸ਼ਨ ਦੇ ਰੇਟਾਂ ਵਿੱਚ ਵਾਧਾ ਹੋਣ ਕਾਰਨ ਆਮ ਆਦਮੀ ਦੇ ਘਰ ਦਾ ਬਜਟ ਹਿੱਲ ਗਿਆ ਹੈ। ਅੱਗੇ ਆਮਦਨੀ ਕਿਸੇ ਪਾਸੇ ਨਜ਼ਰ ਨਹੀਂ ਆ ਰਹੀ। ਸਰਕਾਰ ਨੂੰ ਮਹਿੰਗਾਈ ਤੇ ਕਾਬੂ ਕਰਨਾ ਚਾਹੀਦਾ ਹੈ। ਜੇ ਨਿਊਜ਼ ਪੰਜਾਬੀ ਲਈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਮੈਂ DSO ਬਰਾਏ ਡੈਰੀ ਐਸੋਸੀਏਸ਼ਨ ਤਾਜਪੁਰ ਰੋਡ ਦਾ ਪ੍ਰੈਜ਼ੀਡੈਂਟ। ਸਾਡੀ ਸਾਰੀ ਕੱਲ੍ਹ ਸਾਡੀ ਮੀਟਿੰਗ ਹੋਈ ਸਾਰੀ ਐਸੋਸੀਏਸ਼ਨ ਦੀ, ਜਿਹਦੇ 'ਚ ਇੱਕ ਡਿਸੀਜਨ ਲਿੱਤਾ ਗਿਆ ਕਿ ਜਿਹੜਾ 2 ਰੁਪਈਏ ਰੇਟ ਅਸੀਂ ਇਨਕਰੀਜ਼ ਕਰ ਦਈਏ। ਪਹਿਲੇ ਸਾਡਾ 60 ਰੁਪਏ ਰੇਟ ਸੀਗਾ, ਹੁਣ ਅਸੀਂ 62 ਰੁਪਏ ਰੇਟ 1 ਜੁਲਾਈ ਤੋਂ ਕਰ ਰਹੇ ਹਾਂ। ਕਾਰਨ ਹੈ ਉਹਦਾ ਕਿ ਜਿੰਨੇ ਰਾਸ਼ਨ ਹੈ, ਖੱਲਾਂ, ਪੱਠੇ, ਛਿਲਕਾ, ਦਲੀਆ ਵਗੈਰਾ ਜੋ ਵੀ ਅਸੀਂ ਡੰਗਰਾਂ ਨੂੰ ਪਾਉਂਦੇ ਹਾਂ, ਤੂੜੀ ਵਗੈਰਾ, ਉਹਨਾਂ ਦੇ ਰੇਟ ਵੱਧ ਗਏ ਆ। ਜਿਵੇਂ ਹੁਣ ਤੇਲ ਦੇ ਦੇਖੋ, ਹਰ ਪਾਸੇ ਰੇਟ ਵਧੇ ਹੋਏ ਆ। ਇਸ ਕਰਕੇ ਜਿਹੜੇ ਮੇਨ ਰੀਜ਼ਨ ਇਹੀ ਆ ਸਾਡਾ। ਇੱਕ ਪਾਸੇ ਤਾਂ ਮਾਰ ਪਈ ਉੱਧਰੋਂ, ਦੂਜੇ ਪਾਸੇ ਤੁਹਾਡੇ ਤੋਂ ਰੇਟ ਵਧਾਏ ਜਾ ਰਹੇ ਨੇ, ਅਤੇ ਇਹਦੇ ਵਿੱਚ ਜਿਹੜਾ ਜੀ ਕਿਤੇ ਨਾ ਕਿਤੇ ਜਨਤਾ ਵੀ ਪੁੱਛ ਰਹੀ ਆ ਤੁਹਾਡੇ ਤੋਂ ਇਹ ਡਿਸੀਜਨ ਜਿਹੜਾ ਲਿਆ ਕੇ ਸਹੀ ਨਹੀਂ ਹੈ। ਇਹ ਅਗਰ ਅਸੀਂ ਰੇਟ ਨਹੀਂ ਵਧਾਵਾਂਗੇ ਤਾਂ ਸਿਰ ਡੈਰੀਆਂ ਵਾਲੇ ਸਾਰੇ ਮਰ ਜਾਣਗੇ, ਇਹ ਆਪਣਾ ਕੰਮ ਛੱਡ ਦੇਣਗੇ ਇਹਨਾਂ ਨੂੰ। ਹੁਣ ਕਈ ਡੈਰੀਆਂ ਪਿੱਛੇ ਦੇਖੋ, ਲਾਸਟ ਮਹੀਨੇ ਕਈ ਡੈਰੀਆਂ ਛੱਡ ਗਏ, ਉਹਨਾਂ ਨੂੰ ਨਹੀਂ ਵਾਰਾ ਖਾਂਦਾ। ਜੇ ਅਸੀਂ ਨਹੀਂ ਰੇਟ ਅੱਗੇ ਵਧਾਵਾਂਗੇ, ਹੌਲੀ ਹੌਲੀ ਕਰਕੇ ਨਹੀਂ ਰੇਟ ਵਧੇਗਾ, ਤਾਂ ਇਹ ਉਹ ਟਾਈਮ ਆ ਜਾਣਾ ਕਿ ਡੈਰੀਆਂ ਵਾਲੇ ਸਾਰੇ ਖਾਲੀ ਹੋ ਜਾਣਾ। ਇਸ ਜਿਸ ਤਰ੍ਹਾਂ ਦੇਖੋ, ਤੇਲ ਦੇ ਰੇਟ, ਸਰ੍ਹੋਂ ਦਾ ਤੇਲ, ਪੈਟਰੋਲ ਦੇ ਰੇਟ, ਬਾਕੀ ਸਬਜ਼ੀਆਂ ਦੇ ਰੇਟ, ਔਰ ਦਾਲਾਂ ਦੇ ਰੇਟ, ਸਭ ਦੇ ਹਰ ਚੀਜ਼ ਦੇ ਰੇਟ ਵਧੇ ਆ। ਇਹਨਾਂ ਕਰਕੇ ਸਾਨੂੰ ਆਪਣੇ ਰੇਟ ਵਧਾਉਣਾ ਪੈ ਰਿਹਾ। ਭਾਈ ਕੀ ਕਹਿਣਾ ਚਾਹੁੰਗੇ, ਜਿਹੜੇ ਦੁੱਧ ਦੇ ਦਾਮ ਜਿਹੜੇ ਰੇਟ ਵੱਧ ਗਏ ਨੇ, ਐਸੋਸੀਏਸ਼ਨ ਵੱਲੋਂ ਫੈਸਲਾ ਕੀਤਾ ਕਿ ਦੁੱਧ ਦੇ ਰੇਟ ਵੱਧ ਗਏ ਨੇ, ਕੀ ਕਹਿਣਾ ਚਾਹੁੰਦੇ ਤੁਸੀਂ? ਭਾਈ ਦੁੱਧ ਦੇ ਰੇਟ ਵੱਧ ਗਏ, ਇਹਦੇ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਸਾਰਿਆਂ ਦੇ ਬਜਟ ਤੋਂ ਬਾਹਰ ਹੋ ਰਿਹਾ। ਦੁੱਧ ਦਾ ਰੇਟ ਅੱਗੇ 60 ਰੁਪਏ ਸੀ, ਹੁਣ 62 ਰੁਪਏ ਕਰ ਰਹੇ ਨੇ। ਪੈਟਰੋਲ ਡੀਜ਼ਲ ਦੇ ਦਾਮ ਇੰਨੇ ਵੱਧ ਚੁੱਕੇ ਨੇ ਕਿ ਹਰ ਆਮ ਬੰਦੇ ਤੋਂ ਬਾਹਰ ਹੋ ਰਿਹਾ ਸਾਰਾ ਕੰਮ। ਉੱਧਰੋਂ ਰਾਸ਼ਨ ਲੈ ਲਓ, ਹਰ ਚੀਜ਼, ਹਰ ਇੱਕ ਆਮ ਬੰਦੇ ਨੂੰ ਰੋਟੀ ਖਾਣੀ ਔਖੀ ਹੋਈ ਵੀ ਹੈ। ਇੱਥੇ ਹਰ ਇੱਕ ਬੰਦੇ ਦਾ ਰੇਟ ਵੱਧ ਰਿਹਾ, ਸਾਡੇ ਤਨਖਾਹਾਂ, ਲੇਬਰਾਂ, ਸਭ ਕੁਝ ਸਾਡਾ ਉੱਥੇ ਦਾ ਉੱਥੇ ਹੀ ਖੜਾ। ਤੁਸੀਂ ਦੱਸੋ ਵੀ ਅਸੀਂ ਆਮ ਬੰਦਾ ਕਿੱਦਾਂ ਜੀਊਗਾ ਇੱਥੇ? ਸਕੂਲ ਦੀਆਂ ਫੀਸਾਂ ਜਿਹੜੀਆਂ ਇੰਨੀਆਂ ਵਧਾ ਦਿੱਤੀਆਂ, ਬੱਚੇ ਘਰ ਬੈਠੇ ਨੇ, ਉਸ ਤੋਂ ਇਲਾਵਾ ਸਕੂਲ ਵਾਲੇ ਜਿਹੜੇ ਫੀਸਾਂ ਮੰਗ ਰਹੇ ਨੇ, ਅਤੇ ਹਰ ਬੰਦਾ ਦੇਖੋ ਜੀ ਆਪਣੇ ਬੱਚੇ ਪਾਲਣ ਚੱਕਰ ਬੜੀ ਮੁਸ਼ਕਲ ਕਰ ਰਿਹਾ। ਇਸ ਕਰਕੇ ਸਰਕਾਰ ਨੂੰ ਥੋੜ੍ਹਾ ਚਾਹੀਦਾ ਕਿ ਥੋੜ੍ਹਾ ਜਿਹਾ ਇਸ ਚੀਜ਼ਾਂ ਨੂੰ ਬੰਨ ਲਵੇ ਅਤੇ ਆਮ ਬੰਦੇ ਬਾਰੇ ਸੋਚਿਆ ਜਾਵੇ ਜੀ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਪੈਟਰੋਲ ਅਤੇ ਡੀਜ਼ਲ ਦੇ ਰੇਟ ਨੂੰ ਥੋੜ੍ਹੀ ਰੋਕ ਲਾਵੇ, ਜਿਹੜੇ ਆਮ ਬੰਦੇ ਤੋਂ ਬਾਹਰ ਹੋ ਰਿਹਾ। ਦੂਸਰੀ ਗੱਲ, ਜਿਹੜੇ ਦੁੱਧ ਡੈਰੀ ਵਾਲੇ ਐਸੋਸੀਏਸ਼ਨ, ਅਸੀਂ ਅਪੀਲ ਕਰਦੇ ਹਾਂ, ਘੱਟੋ ਘੱਟ ਤੁਸੀਂ
ਉਹ ਤਾਂ ਸਰਕਾਰਾਂ ਦੂਰ ਬੈਠੀਆਂ, ਤੁਸੀਂ ਤਾਂ ਮੁਹੱਲੇ ਦੇ ਨੇੜੇ ਬੈਠੇ ਹੋ, ਇਸ ਕਰਕੇ ਤੁਸੀਂ ਧਿਆਨ ਦਿਓ ਕਿ ਜਿਹੜਾ ਦੁੱਧ ਇਹਨੇ ਰੇਟ ਵਧਾਰੇ ਹੋ, ਦੁੱਧ ਦੇ ਰੇਟ ਨਾ ਵਧਾਓ, ਆਮ ਬੰਦੇ ਦਾ ਧਿਆਨ ਰੱਖੋ। ਅਸੀਂ ਤੁਹਾਡੇ ਵਰਗੇ ਇਨਸਾਨ ਆ, ਸਾਡੇ ਅੱਗੇ ਕੁਛ ਨਹੀਂ ਵੱਧ ਰਿਹਾ, ਸਾਰੇ ਰੇਟ ਉੱਥੇ ਹੀ ਖੜ੍ਹੇ ਨੇ, ਪੈਟਰੋਲ ਡੀਜ਼ਲ ਹੀ ਸਾਨੂੰ ਮਾਰ ਕੇ ਬਹਿ ਗਿਆ, ਇੰਨੀ ਸਾਡੀ ਮਹਿੰਗਾਈ ਜਿਹੜੀ ਵੱਧ ਗਈ ਹੈ, ਆਮ ਬੰਦਾ ਆਮ ਪਰੇਸ਼ਾਨ ਬੰਦਾ ਕਿੱਥੇ ਜਾਊਗਾ, ਤੁਸੀਂ ਦੱਸੋ ਸਰ।